بہتر جلدی دو فورن دو پانچ سال کا بقایا بہتر جلدی دو فورن دو ہائے 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 برکر جونٹی زندہ آباد زندہ آباد زندہ آباد برکر جونٹی زندہ آباد زندہ آباد زندہ آباد پینٹ کی پیسے ریلیز کرو ریلیز کرو ریلیز کرو پینٹ کی پیسے ریلیز کرو ریلیز کرو ریلیز کرو پوری بات جسٹس इस समय आप सभी तस्वीरें देख रहे हैं एसबी कठुआ के फेसबुक पेज पर ऑल जे एंड के पीएचई आईटीआई ट्रेंड एंड सीपी वर्कर्स अपनी मांगों को लेकर कर रहे हैं प्रोटेस्ट ਜੀ ਬਾਈ ਕਿ ਤੁਹਾਡੇ ਥੱਲੇ ਰੱਖਣਾ ਮੈਂ ਸ਼ਿਵ ਨਰਾਇਣ ਸਿੰਘ ਪੀ ਐਚ ਈ ਡੇਲੀ ਵੇਜਰ ਡਿਸਟ੍ਰਿਕਟ ਕਠੂਆ ਸਰ ਜਿਹਾਂ ਤੁਸੀਂ ਦਿੱਖਾ ਕਰਦੇ ਹੋ ਕਿ 7 ਸਤੰਬਰ ਦੇ ਅਸ ਲੋਕ ਕੰਟੀਨਿਊ ਸਟ੍ਰਾਈਕ ਪਰ ਬੈਠੇ ਹਾਂ ਜਿਹਦੇ ਚਲਦੇ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਨੁਮਾਇੰਦਾ ਜਿਹਦੇ ਕੰਨਾਂ ਵੀ ਸਾਡੀ ਗੱਲਬਾਤ ਹੋਈ ਉਹਦੇ ਕੋਲਾਂ ਸਾਨੂੰ ਝੂਠ ਰਿਹਾਸਲ ਹੋਇਆ ਅੱਜ ਤੱਕ ਸਾਨੂੰ ਨਾ ਤਾਂ ਬੇਜਸ ਮਿਲੀ ਹੈ ਔਰ ਨਾ ਹੀ ਸਾਡੇ ਪੱਕੇ ਕਰਨ ਦਾ ਕੋਈ ਇਹਨੇ ਇੰਤਜ਼ਾਮ ਕੀਤਾ ਹੈ ਲੇਕਿਨ ਅੱਜ ਈਦ ਉੱਪਰ 1 ਮਹੀਨੇ ਦਾ ਪੈਸਾ ਰਿਲੀਜ਼ ਹੋਇਆ ਉਹ ਵੀ ਇੱਕ ਮਹਾਰਾਜੇ ਵਾਲਾ ਇਹ ਫਰਮਾਨ ਸਲਾਹ ਕਰਦੇ ਨੇ ਵੀ ਉਸ ਸਾਥੀ ਦਾ ਪਾਇਆ ਜਾ ਜਿਹੜਾ ਕੰਮ ਕਰਕ ਅਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਗਵਰਨਰ ਸਾਹਿਬ ਕੀ ਸਿੱਧੀ ਚੇਤਾਵਨੀ ਦਿੰਦੇ ਹਾਂ ਕਿ ਇਸ ਤਪਦੀ ਧੁੱਪ ਦੇ ਵਿੱਚ ਅਸ ਰੈਲੀ ਕੱਢਾ ਕਰਨੇ ਆ ਆਉਣ ਵਾਲੇ ਟਾਈਮ ਅਸ ਆਪਣੇ ਬੱਚੇ ਦੇ ਕੰਨੇ ਰੋੜੇ ਪਰ ਉਤਰੀ ਜਾਣਾ ਹੈ ਇਹਦੇ ਵਿੱਚ ਅਗਰ ਕਿਸੇ ਦਾ ਨੁਕਸਾਨ ਹੁੰਦਾ ਸਾਡਾ ਕੋਈ ਬੱਚਾ ਮਰੀ ਜਾਂਦਾ ਜਾਂ ਸਾਡੀ ਕੋਈ ਜਨਾਨੀ ਮਰੀ ਜਾਂਦੀ ਹੈ ਜਾਂ ਸਾਡਾ ਕੋਈ ਸਾਥੀ ਮਾਰੇ ਜਾਂਦਾ ਹੈ ਤੇ ਇਹਦੀ ਸਾਰੇ ਜ਼ਿੰਮੇਵਾਰੀ ਜਿਹੜੀ ਹੈ ਗਵਰਨਰ ਸਾਹਿਬ ਦੀ ਹੋਊ ਐਡਮਿਨਿਸਟ੍ਰੇਸ਼ਨ ਦੀ ਹੋਊ ਸਾਡੀ 5 ਸਾਲਾਂ ਦੀ ਤਨਖਾਹ ਪੈਂਡਿੰਗ ਹੈ ਲੇਕਿਨ ਅਸਾਂ 8 ਮਹੀਨੇ ਹੋਈ ਹੈ ਸਟ੍ਰਾਈਕ ਕਰਦੇ ਸਾਨੂੰ 1 ਮਹੀਨੇ ਦੀ ਤਨਖਾਹ ਦਿਆ ਦੇਣਾ ਉਹ ਵੀ ਖੂਨ ਦੇ ਆਸੂ ਰਵਾਈ ਹੈ ਅਸ ਤੁਹਾਡੇ ਚੈਨਲ ਰਾਹੀਂ ਇਹਨੇ ਕੀ ਖੁੱਲ੍ਹੀ ਵਾਰਨਿੰਗ ਦਿੰਦੇ ਹਾਂ ਹੁਣ ਅਸਾਂ ਡੀਸੀ ਸਾਹਿਬ ਕੰਨਾ ਮਿਲਣਾ ਹੈ ਉਹਨੇ ਹੀ ਆਪਣੀ ਗੱਲਬਾਤ ਸੁਣਾਉਣੀ ਹੈ ਲੇਕਿਨ ਅਗਰ ਸਾਡੀ ਗੱਲ ਬਰਾਮਲ ਨਹੀਂ ਹੁੰਦਾ ਤੇ ਆਉਣ ਵਾਲਾ ਜਿਹੜਾ ਕਦਮ ਹੈ ਉਹ ਬੜਾ ਖਤਰਨਾਕ ਹੋਊਗਾ ਇਸ ਐਡਮਿਨਿਸਟ੍ਰੇਸ਼ਨ ਕੋਲ ਸਾਂਭਿਆ ਨਹੀਂ ਜਾ ਅੱਜ ਇਹਨੇ ਕੀ ਖੁੱਲ੍ਹੀ ਚੇਤਾਵਨੀ ਦਿੰਦੇ ਆ ਕਿ ਸਾਨੂੰ ਲਾਈਟ ਵੀ ਨਹੀਂ ਲਾਓ ਅਸ ਪਹਿਲਾਂ ਹੀ ਮਰੀ ਚੁੱਕੇ ਦੇ ਲੋਕ ਆ ਤੇ ਅਸ ਰੋਜ਼ ਮਰਨਾ ਪਸੰਦ ਨਹੀਂ ਕਰਦੇ ਆ ਤੇ ਸ਼ੇਰਿਆਂ ਵਾਲੀ ਜ਼ਿੰਦਗੀ ਜੀਂਦੇ ਆ ਅਸਾਂ ਇੱਕ ਵਾਰੀ ਮਰੀ ਜਾਣਾ ਲੇਕਿਨ ਤਸਵੀਰਾਂ ਆਪ ਦੇਖ ਰਹੇ ਹੈ ਐਸਬੀ ਕਠੂਆ ਕੇ ਫੇਸਬੁੱਕ ਪੇਜ ਪਰ ਵਾਹ ਦੋ ਤੁਹਾਡੀ ਜੂਤ ਤੁਹਾਡੀ ਦੇਖ ਰਹੀ ਨਹੀਂ ਤੇ ਮੈਨੂੰ ਕਿਹਦਾ ਜੂਤ ਤੁਹਾਡਾ